नहीं बालन भी गिला ही लाता वा अखा धुआं ही पई जान रहा है क्यों मखण वर्गी पालक हुई आ पता नहीं किदा पकाने तुसी गाहक लामे देने नहीं हटते ना तुसी पानी साड़ते हैं ना गोश्त गालते हैं लामे ही लामे उतो बालन भी गिला लाता वा हाथ ला ला क्यों आ देख आगे गिलियां लकड़ा लाती अखा मेरी देख ला डड्डू वर्गी हो गई गलती हो गई तेरे को डेली 100 गलती होंगी तू ना सॉरी इतने लिख के पाला ताकि मैं पालिया करा भी तेरी सॉरी का टाइम ला बिच छे ते बचे है तुम पकवाई आँदी नहीं लै चार लकड़ा कट्ठिया तुन गया वा पिंडा जो आ गया बेचारे काम कर पिंडा ही दस दें अफसर लगे हैं वाह 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 सुबह अल्लाह दिल कर सारी घर ही लै जावा गाहक नूं दवां ही ना है साफी मार दें कोई नहीं सफाई का ख्याल रखा करो गाहक लामा ना दे चल 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 चलो हम उधर ही देख को चल जो अच्छा बस ठीक है जा अच्छा। कामल भी ध्यान दे अच्छा आ गया याद भी लकड़ी परे करनी है अस्सलाम वालेकुम भाई वालेकुम सलाम साहब हैदरी पकवान जी जी मैं तानू नहीं पूछा उन्होंने पूछा नहीं जवाब दिता भाजी आवाज इतनी प्यारी इको परी है ना नहीं ओदी आवाज कितों है जाओ को काम शाम करो जाके खैर होवे हुन जांदा नहीं हैं जिथों तू अपनी लेनी ना तू मेरी भी ले आई भाई यार मेरी सुनोगे या तुसी आपस में चुंझे लड़ाई जान दे मेरी सुन लो जरा तोड़ी सुन लेने तोड़ी केस हटाई है सुन लेने भाजी एक जाओ मैं करता है ए पर्सनल गल होनी है बाद च करेंगे गाहक आया कोई खैर हो जाओ ध्यान ना हां जी भाजी अच्छा भाजी मेन तुसी हो की गल बाजी वाले लेने आया मैं पूछ रहे हां ना मेन ले भाजी कि ब्रेक भी लाओ तुसी कि कोल्लू बना लिया गेड़े कटी जाने ओ भाजी पालक थले लग जानी ना अच्छा पालक दा ऑर्डर आया पालक गोश्त ए क्यों अच्छा तुहाडा कदा ऑर्डर है भाजी ਭਾਜੀ ਸ਼ਾਦੀ ਦਾ ਆਰਡਰ ਆ 400 ਦੇਗ ਚਾਹੀਦੀ ਕੱਲੀ ਦੇਗ ਚਾਹੀਦੀ ਨਹੀਂ ਨਹੀਂ ਭਾਜੀ ਵਿੱਚ ਕਸਟਰਡ ਰੋਸਟ ਬਰੋਸਟ ਸਾਰੀਆਂ ਚੀਜ਼ਾਂ ਨਮਕੀਨ ਚਾਵਲ ਦਾ ਸਾਰਾ ਕੁਝ ਚਾਹੀਦਾ ਬਣਾ ਦੇਾਂਗੇ ਭਾਜੀ ਬਿਰਿਆਨੀ ਬਣਾ ਲੈਣੇ ਭਾਜੀ ਬਿਰਿਆਨੀ ਸੱਤਾਂ ਟੈਵਾਂ ਵਾਲੀ ਤੁਹਾਨੂੰ ਇਸ ਕਿਸਮ ਦੀ ਬਣਾ ਕੇ ਦੇਾਂਗਾ ਤੁਹਾਡੀ ਜਿਹੜੀ ਬਰਾਤ ਆ ਨਾ ਬਰਾਤ ਆਉਣੀ ਭਾਜੀ ਕਿ ਜਾਣੀ ਆਉਣੀ ਹੈ ਭਾਜੀ ਆਉਣੀ ਜਿਹੜੀ ਬਰਾਤ ਆਏਗੀ ਅੱਲਾ ਦੇ ਹੁਕਮ ਦੇ ਨਾਲ ਤੁਹਾਡੀ ਰੋਟੀ ਯਾਦ ਰੱਖੇਗੀ ਕਿਉਂਕਿ ਰੋਟੀ ਚੋਂ ਨਾਂ ਨਿਕਲਦਾ ਹੁੰਦਾ ਭਾਜੀ ਹਰ ਕੰਮ ਹੋ ਜਾਂਦਾ ਲੇਕਿਨ ਰੋਟੀ ਬਰਾਤ ਯਾਦ ਰੱਖੇਗੀ ਤੁਹਾਡੀ ਤੁਹਾਨੂੰ ਮੈਂ ਦੱਸਦਾ ਹੀ ਭਾਜੀ ਹੋਣਾ ਵੀ ਇਸ ਤਰ੍ਹਾਂ ਹੀ ਚਾਹੀਦਾ ਹਾਂਜੀ ਤੇ ਕੀ ਪਕਵਾਈ ਕਿ ਲੈਣਾ ਤੁਸੀਂ ਦੇਖ ਭਾਜੀ ਪਕਵਾਈ ਆਪਾਂ ਕਰ ਲਾਂਗੇ ਤੁਸੀਂ ਪਹਿਲੇ ਇਹ ਦੱਸੋ ਵੀ ਕਿਹੜੀ ਕਿਹੜੀ ਆਈਟਮ ਪਕਾਉਣੀ ਆ ਮਿੱਠੇ 'ਚ ਕੀ ਪਕਾਉਣਾ ਵਾ ਚਾਵਲਾਂ 'ਚ ਕੀ ਆ ਤੇ ਸਾਲਾਂ 'ਚ ਕੀ ਆ ਭਾਜੀ ਕਸਟਰਡ ਬਿਸਮਿਲ੍ਲਾ ਪਹਿਲੀ ਸਵੀਟ ਐਸ ਕਸਟਰਡ ਫਿਰ ਨਹੀਂ ਆ ਦੋ ਆਈਟਮ ਐ ਹੋ ਗਈਆਂ ਉਹਦੇ ਤੋਂ ਬਾਅਦ ਜਲ ਫ੍ਰਿਜ ਦੀਆਂ ਕੋਈ 25-30 ਦੇਗਾ ਲਾਤੇ ਜਾਣ ਲਾ ਦੇਾਂਗਾ ਭਾਜੀ ਕੁੰਨਾ ਬਣਾ ਲੈਂਦੇ ਹੋ ਭਾਜੀ ਭਾਜੀ ਕੁੰਨਾ ਤੁਸੀਂ ਇਸ ਰੋਡ ਤੇ ਕਿਸੇ ਨੂੰ ਪੁੱਛ ਲਓ ਮੇਰੇ ਨਾਲੋਂ ਬਹੁਤਾ ਮਸ਼ਹੂਰ ਕਿਸੇ ਦਾ ਨਹੀਂ ਹੋਣਾ ਭਾਜੀ ਮੈਂ ਫਿਰ ਪੁੱਛ ਕੇ ਆਇਆ ਨਹੀਂ ਨਹੀਂ ਯਾਰ ਇੱਕ ਤਰੀਫੀ ਅਲਫਾਜ਼ ਹੁੰਦੇ ਭਾਜੀ ਤੁਸੀਂ ਪੁੱਛਣ ਚ ਲੱਗੇ ਹੋ ਭਾਜੀ ਮੈਂ ਆਪਣੇ ਕੰਮ ਦੀ ਤਰੀਫ ਕੀਤੀ ਆ ਇਹ ਕਿ ਕੋਈ ਹੋਰ ਨਹੀਂ ਕਰਦਾ ਤੁਸੀਂ ਆਪ ਹੀ ਕਰਦੇ ਮੇਰੇ ਕਹਿਣ ਦਾ ਮਤਲਬ ਆ ਦੇਖੋ ਸਾਰੀ ਦਿਹਾੜੀ ਚੁੱਲਾ ਚੱਲਦਾ ਰਹਿੰਦਾ ਕਿ ਡਾਇਰੈਕਟ ਹੋ ਗਿਆ ਨਹੀਂ ਉਹ ਭਰਾਵਾ ਮੇਰੇ ਕਹਿਣ ਦਾ ਮਤਲਬ ਇੱਕ ਮਿੰਟ ਦੀ ਬੰਦ ਹੁੰਦਾ ਵੀ ਇੰਨਾ ਕੰਮ ਆ ਸਾਡੇ ਕੋਲੇ ਅੱਛਾ 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 ਹਾਂਜੀ ਤੇ ਭਾਜੀ ਮੈਨੂੰ ਦੱਸੋ ਤੁਹਾਡਾ ਆਰਡਰ ਹੈ ਕਦੋਂ ਦਾ ਵਿਆਹ ਕਦੋਂ ਆ ਭਾਜੀ ਫਰਵਰੀ ਚ ਫਰਵਰੀ ਚ ਵਿਆਹ 11 12 13 ਫਰਵਰੀ ਔਖਾ ਹੋ ਜਾਣਾ ਭਾਜੀ ਕੀ ਮਤਲਬ ਫਰਵਰੀ ਸਾਡੇ ਕੋਲ ਕੰਮ ਬਹੁਤ ਆ ਤੁਸੀਂ ਇਸ ਤਰ੍ਹਾਂ ਕਰੋ ਹਾਂ ਬਰਾਤ ਫਰਵਰੀ ਚ ਮੰਗਾ ਲਓ ਅੱਛਾ ਤੇ ਰੋਟੀ ਅਸੀਂ ਤੁਹਾਨੂੰ ਮਾਰਚ ਪਕਾ ਦਾਂਗੇ ਇਹ ਦੇਖੋ ਆਰਡਰ ਫਰਵਰੀ ਚ ਤੁਹਾਨੂੰ ਮੈਂ ਦੇ ਜਾਵਾਂ ਤੇ ਰੋਟੀ ਮਾਰਚ ਮਿਲੇਗੀ ਸਾਡੇ ਕੋਲ ਕੰਮ ਬਹੁਤ ਆ ਭਾਜੀ ਤੇ ਫੇਰ ਤਾਂ ਮੈਂ ਕਹਿ ਦਿੰਦਾ ਵੀ ਜਿਹੜਾ ਬੰਦਾ ਆਵੇ ਨਾਲ ਉਹ ਰੋਟੀ ਆਪਣੀ ਘਰੋਂ ਲਈ ਆਵੇ ਇਦਾਂ ਕਰਾ ਲਵਾਂ ਮੈਂ ਤੁਸੀਂ ਤੁਹਾਨੂੰ ਸ਼ੁਗਲ 'ਚ ਗੱਲ ਪਾਉਂਦੇ ਤੁਸੀਂ ਗੱਲ ਨੂੰ ਸੀਰੀਅਸ ਲਵੋ ਹੁਣ ਸਾਡੇ ਕੋਲ ਫਰਵਰੀ 'ਚ ਕੰਮ ਬਹੁਤ ਆ ਭਾਜੀ ਤੈਨੂੰ ਪਹਿਲੇ ਇਹ ਦੱਸ ਕਿ ਤੁਸੀਂ ਰੋਟੀ ਕਦੀ ਕਿਸੇ ਦੀ ਤਿਆਰ ਵੀ ਕੀਤੀ ਹੈ ਇੱਧਰ ਆ ਮੇਰਾ ਭਾਈ ਇਹ ਆਵੇ ਕੀ ਆ ਭਲਾ ਕਸਟਰਡ ਚੈੱਕ ਕਰ ਇਹ 'ਚ ਕੀ ਆ ਭਾਜੀ ਭਾਜੀ 'ਚ ਹਰਨ ਆ ਹਰਨ ਹਾਂਜੀ ਆ ਦਿਖਾਓ ਜ਼ਰਾ ਭਾਈ ਆ ਦੇਖੋ ਭਾਜੀ ਇਹ ਵੇਖ ਕਿਉਂ ਹੈ ਇਹ ਹਰਨ ਔਰ
ਸਾਬ ਬੇੜਾ ਗਰਕ ਹੋਣਾ ਸਾਰੀ ਨੀਂਦ ਖਰਾਬ ਕਰਦੀ ਤਿੰਨ ਦਿਨ ਹੋ ਗਏ ਮੈਨੂੰ ਜਾਗਦੇ ਨੂੰ ਉਹ ਲਾਣਤੀਆ ਤੂੰ ਕਿੱਥੇ ਪਤੀਲੇ 'ਚ ਵੜਿਆ ਹੈ ਹੈ ਉਸਤਾਦ ਜੀ ਬੈੱਡ ਖਾਲੀ ਨਹੀਂ ਸੀ ਮੈਂ ਕਿਹਾ ਚਲੋ ਇਹਨੂੰ ਬੈੱਡ ਬਣਾ ਲਓ ਆਹ ਦੇਖ ਰਹਿਣਾ ਵੀ ਮੇਰੇ ਕੋਲ ਬੈੱਡ ਖਾਲੀ ਸੀ ਘਰ ਕੋ ਪਰਾਉਣਾ ਆ ਉੱਠ ਉੱਠ ਕੰਮ ਹੀ ਕਰਾਈ ਜਾਂਦਾ ਯਾਰ ਤੂੰ ਨਾ ਕੰਮ ਹੀ ਕਰਾਈ ਜਾਂਦਾ ਤੂੰ ਮੈਂ ਕਿਹਾ ਪਤਾ ਨਹੀਂ ਕਿੱਥੇ ਧਾ ਹੋਇਆ ਨਾ ਉਹ ਗੰਡੇ ਵੀ ਉਦਾਂ ਹੀ ਪਏ ਆ ਹਰ ਸ਼ਾ ਉਦੇ ਪਏ ਜੀ ਮੈਨੂੰ ਦੱਸੋ ਤੁਸੀਂ ਕਹਿੰਦੇ ਹਰਨਾ ਅੰਦਰੋਂ ਤਾਂ ਚੂਹੇ ਨਿਕਲਣ ਡਏ ਚੂਹੇ ਨਿਕਲਣ ਡਏ ਆ ਆ ਕੌਣ ਆ ਭਾਈ ਪੈਸੇ ਜਮਾ ਕਰਾਉਣ ਹੋਇਆ ਪੈਸੇ ਜਮਾ ਤੂੰ ਬੈਂਕਰ ਵਾ ਉੱਠ ਕੇ ਤੇਰਾ ਜੁੱਤੀ ਪਾ ਜੁੱਤੀ ਜੁੱਤੀ ਪਾ ਇਤਰਾ ਹਏ ਸਾਰਾ ਕੰਮ ਨਵੇੜ ਮੈਂ ਜਰਾ ਭਾਈ ਨਾਲ ਸਾਰੀ ਡੀਲਿੰਗ ਕਰ ਲਵਾਂ ਅੱਛਾ ਭਾਈ ਤੁਸੀਂ ਅੰਦਰ ਆਓ ਡੀਲਿੰਗ ਬੜੀ ਤੂੰ ਪਲਾਜ਼ਾ ਲੈਣਾ ਭਾਈ ਲੈਟ ਜਾ ਨਹੀਂ ਰਾਤ ਹੋਣੀ ਤੁਸੀਂ ਅੰਦਰ ਆਪੋ ਬੈਗ ਜਾਣ ਦੇ ਅੰਦਰ ਜਾਣ ਦੇ ਜਾਣ ਦੇ ਦੇਗ ਪਕਾਉਣੀ ਪਕਾਉਣੀ ਹਰ ਸ਼ੈਅ ਲੈਂਦੇ ਹੁਕਮ ਤੁਹਾਨੂੰ ਮਿਲੇਗੀ ਭਾਜੀ ਮੁੰਡਾ ਤੁਸੀਂ ਦੇਖ ਲਿਆ ਸਾਡੇ ਕੋਲ ਆ ਕੇ ਕਾਰੀਗਰ ਦਾ ਬਲਕਿ ਜ਼ਿਆਦਾ ਦੇਗਾ ਮਾਰ ਵੀ ਪਕਾਉਣਾ ਭਾਜੀ ਗੋਸ਼ਤ ਦੀ ਸਫਾਈ ਅੱਛੀ ਹੋਵੇ ਉਹ ਚਰਬੀ ਦਾ ਨਹੀਂ ਹੁੰਦਾ ਹਲਕਾ ਫੁਲਕਾ ਉਹ ਜ਼ਰਾ ਵੀ ਨਾ ਉੱਪਰ ਹੋਵੇ ਕਿਉਂਕਿ ਗੈਸਟ ਜਿਹੜੇ ਤੁਹਾਨੂੰ ਪਤਾ ਹੋਵੇ ਖਾਣ ਲੱਗਿਆ ਉਹਨਾਂ ਨੂੰ ਸਕੂਨ ਫੀਲ ਹੋਵੇ ਵੀ ਅਸੀਂ ਅੱਛੀ ਰੋਟੀ ਖਾਧੀ ਹੈ ਭਾਜੀ ਮੈਂ ਕਿਹਾ ਤੁਹਾਡੇ ਗੋਸ਼ਤ ਦੀ ਸਫਾਈ ਜਿਹੜੀ ਬੱਸ ਵਾਲਿਆਂ ਨੂੰ ਕਰਵਾ ਦਾਂ ਫੇਰ ਠੀਕ ਹੈ ਭਾਜੀ ਮੈਂ ਤੁਹਾਨੂੰ ਆਪ ਜੋ ਕਹਿ ਦਿੱਤਾ ਕਿ ਮੈਂ ਆਪਣੀ ਨਿਗਰਾਨੀ ਸਾਰਾ ਕੰਮ ਕਰਦਾ ਆਉਂਦਰ ਹੋਇਆ ਕਦੀ ਵੀ ਆਉਂਦਰ ਨੇ ਗਲਤ ਕੰਮ ਕੀਤਾ ਹੋਵੇ ਅਸੀਂ ਦੁਕਾਨਦਾਰੀ ਖਰਾਬ ਨਹੀਂ ਕਰਨੀ ਭਾਜੀ ਹਾਂ ਨਹੀਂ ਅੱਛੀ ਗੱਲ ਆ ਅੱਛਾ ਤੁਸੀਂ ਕਸਟਰਡ ਜਿਹੜਾ ਤਿਆਰ ਕਰਦੇ ਹੋ ਉਹਦੇ 'ਚ ਕੀ ਪਾਉਂਦੇ ਹੋ ਕਸਟਰਡ 'ਚ ਭਾਜੀ ਉਹ 'ਚ ਕਮ ਅਜ਼ ਕਮ ਅਸੀਂ 30 ਆਈਟਮਾਂ ਪਾਈ ਦੀਆਂ ਕਾਜੂ ਪਿਸਤਾ ਬਦਾਮ ਚਾਰੇ ਮਗਜ਼ ਉਸ ਤੋਂ ਬਾਅਦ ਭਾਜੀ ਫਰੂਟ ਸਾਰਾ ਪਾਈਦਾ ਵਾ ਭਾਜੀ ਅੰਬ ਕੇਲਾ ਸੇਬ ਸਟ੍ਰੋਬੇਰੀ ਲੀਚੀ ਚੈਰੀ ਠਹਿਰ ਜਾਓ ਇੰਨਾ ਸਮਾਨ ਤਾਂ ਕੁਲਾਂ 'ਤੇ ਨਹੀਂ ਹੁੰਦਾ ਜਿੰਨਾ ਤੁਸੀਂ ਦੇਗ 'ਚ ਪਾਈ ਜਾਣ ਬਹੁਤ ਅੱਛੇ ਵੀ ਤੁਸੀਂ ਸਾਡੇ ਕੋਲ ਕੁਲਾਂ ਸਮਾਨ ਬਣਾ ਲਓ ਭਾਜੀ ਨਹੀਂ ਮੈਨੂੰ ਪਤਾ ਲੱਗ ਗਿਆ 30 ਆਈਟਮ ਤੁਸੀਂ ਦੱਸ ਦਿਓ ਕਿ ਫਰੂਟ ਹੀ ਦੱਸ ਰਹੇ 30 ਆਈਟਮ ਇੱਕ ਵੀ ਨਾ ਘਟੇ ਭਾਜੀ ਤੁਸੀਂ ਪਲੇਟ ਦੇ ਵਿੱਚ ਤੁਹਾਨੂੰ 31 ਆਈਟਮਾਂ ਨਾ ਹੋਣ ਸਾਡਾ ਕਸਟਰਡ ਉੱਥੇ ਵਾਪਸ ਭੇਜ ਦੇਣਾ ਭਾਜੀ ਭਾਜੀ ਫਰੂਟ ਹੀ ਪਾਉਣਾ ਤੁਸੀਂ ਕਿਹੜਾ ਵਿੱਚ ਫਰੋਜ਼ਾ ਪਾ ਦੇਣਾ ਉਹਦੇ ਕਸਟਰਡ ਫਰੋਜ਼ਾ ਨਹੀਂ ਪਾਈਦਾ ਭਾਜੀ ਉਹ ਨਹੀਂ ਖਾਧਾ ਜਾਂਦਾ ਅੱਛਾ ਭਾਜੀ ਅੱਛਾ ਲੇਕਿਨ ਮੈਂ ਥੋੜ੍ਹਾ ਨਾ ਅਲੱਗ ਕਿਸਮ ਦਾ ਕਸਟਰਡ ਤਿਆਰ ਕਰਾਉਣਾ ਕਿਸ ਕਿਸਮ ਦਾ ਭਾਜੀ ਕਿਉਂਕਿ 31 ਚੀਜ਼ਾਂ ਇਕੱਠੀਆਂ ਨਹੀਂ ਪਾਉਣੀਆਂ ਅਲੱਗ-ਅਲੱਗ ਪਾਉਣੀਆਂ ਕਿ ਜਿਸ ਦੇਗ 'ਚ ਤੁਸੀਂ ਕੇਲਾ ਪਾਉਣਾ ਉਹ 'ਚ ਸੇਬ ਨਹੀਂ ਪਾਉਣਾ ਜਿਸ 'ਚ ਸੇਬ ਪਾਉਣਾ ਉਹ 'ਚ ਕੇਲਾ ਨਹੀਂ ਪਾਉਣਾ ਔਰ ਜਿਸ 'ਚ ਕਾਜੂ ਪਾਉਣਾ ਉਹ 'ਚ ਪਿਸਤਾ ਨਹੀਂ ਪਾਉਣਾ ਜਿਸ 'ਚ ਪਿਸਤਾ ਪਾਉਣਾ ਉਹ 'ਚ ਕਾਜੂ ਨਹੀਂ ਪਾਉਣਾ ਅਤੇ 4 ਦੇਗਾਂ ਤੁਸੀਂ ਐਸੀਆਂ ਪਕਾਉਣੀਆਂ ਕਸਟਰਡ ਦੀਆਂ ਉਹਦੇ 'ਚ ਤੁਸੀਂ ਕੁਛ ਨਹੀਂ ਪਾਉਣਾ ਯਾਨੀ ਕਿ ਫਰੂਟ ਵੀ ਨਹੀਂ ਪਾਉਣਾ ਕਾਜੂ ਪਿਸਤਾ ਕੁਛ ਵੀ ਨਹੀਂ ਕੁਛ ਨਹੀਂ ਪਾਉਣਾ ਤਾਂ ਪਾਉਣਾ ਕੀ ਹੈ ਪਕੌੜੇ ਪਾਉਣੇ ਨੇ ਕਿਉਂਕਿ ਨਵਾਂ ਆਈਟਮ ਹੋ ਜਾਏਗਾ ਨਾ ਕਿਉਂਕਿ ਦੇਖੋ ਸਾਰੀਆਂ ਚੀਜ਼ਾਂ ਪਾਈਨੇ ਪਰ ਪਿਸਤਾ ਕਾਜੂ ਇਹ ਤਾਂ ਕੇਲੇ ਸੇਬ ਤਾਂ ਲੋਕ ਖਾਂਦੇ ਨੇ ਪਕੌੜਿਆਂ ਵਾਲਾ ਕਸਟਰਡ ਅੱਜ ਤੱਕ ਕਿਸੇ ਨੇ ਨਹੀਂ ਖਾਧਾ ਔਰ ਪਕੌੜੇ ਰੈਸਟੋਰੈਂਟ 1 ਨੰਬਰ ਹੋ ਗਿਆ ਕੜੀ ਹੁੰਦੀ ਹੈ ਭਾਜੀ ਭਾਵੇਂ ਕੜੀ ਆ ਲੇਕਿਨ ਤੁਹਾਡੇ ਦਿਮਾਗ ਨੂੰ ਇਸ ਟਾਈਮ ਚੜੀ ਹੈ ਮੇਰੀ ਗੱਲ ਗੌਰ ਨਾਲ ਸੁਣੋ ਪੈਸੇ ਤੁਹਾਨੂੰ ਮੈਂ ਦੇਣੇ ਤੇ ਤੂੰ ਦੇਣੇ ਤੂੰ ਨਾ ਦੇ ਸਾਨੂੰ ਲੈਣੇ ਆਉਂਦੇ ਆ ਕਸ਼ਫ ਵਾਲਿਆਂ ਨੂੰ ਕਸ਼ਫ ਵੱਲੋਂ ਆਇਆ ਨਹੀਂ ਨਹੀਂ ਮੈਂ ਤਾਂ ਭਾਜੀ ਆਪਣੇ ਮਹੱਲੇ ਵੱਲੋਂ ਆਇਆ ਤੇ ਫਿਰ ਨਹੀਂ ਤੁਸੀਂ ਕਸਟਰਡ 'ਚ ਕੁਛ ਵੀ ਨਹੀਂ ਪਾਉਣਾ ਵੀ ਕਸਟਰਡ ਨਾਲ ਇਸ਼ਤਿਹਾਰ ਲਾਉਣਾ ਯਾਰ ਜੇ ਤੂੰ ਪਕੌੜਾ ਪਿਆ ਵੇ ਪਕੌੜਾ ਮੈਂ ਜੇਬ 'ਚ ਪਾਉਣਾ ਮੈਂ ਕਸਟਰਡ ਲਈ ਗਿਆ ਤੈਨੂੰ ਉਹਦੇ 'ਚ ਪਾਉਣੇ ਆ ਪਕੌੜੇ ਇਹ ਵੀ ਨਾ ਪਾਓ ਬੁਰਾ ਲੱਗੇਗਾ ਕੱਲਾ ਵਿੱਚ ਐਨੇ ਵੱਜਦਾ ਫਿਰੇਗਾ ਦੇਖ ਜੇ ਚਲੋ ਪਕੌੜੇ ਦੇ ਨਾਲ ਤੁਸੀਂ ਹਲਕੀ ਜਿਹੀ ਨਾ 100 ਪਾ ਦਿਓ 100 ਪਕੌੜਾ ਇਹ ਕੰਬੀਨੇਸ਼ਨ ਨਹੀਂ ਬਣਦਾ ਲੜਾਈ ਕਿਉਂ ਨਹੀਂ ਦੋਵਾਂ ਦੀ ਜੇ 100 ਹੱਥੀ ਪਾ ਕੇ ਪਕੌੜੇ ਯਾਰ ਕੋਈ ਤੁਸੀਂ ਆਪੀ ਸੁਲਾਹ ਕਰਾ ਲਾਂਗੇ ਕੋਈ ਐਸੀ ਗੱਲ ਨਹੀਂ ਐਡੀ ਪੰਚਾਇਤੀ ਦੇਗ ਯਾਰ ਤੂੰ ਕਿੱਥੋਂ ਬਣਾਉਣੀ ਯਾਰ ਅੱਛਾ ਨਾਲ ਬਰਿਆਨੀ ਲਿਖ ਲਿਓ ਬਰਿਆਨੀ 7 ਤੈਵਾਂ ਵਾਲੀ ਹੋਏਗੀ ਭਾਜੀ ਜਿਹੜੀ ਤੈਅ ਚੁੱਕੋਗੇ ਉਸ ਤੋਂ ਥੱਲੇ ਜ਼ਿਆਦਾ ਟੇਸਟੀ ਹੋਏਗਾ ਭਾਜੀ ਇਹ 5 ਤੈਵਾਂ ਵਾਲੀ ਅਗਰ ਪਕਾਉਣ ਤਾਂ ਹੱਥ ਸੌ ਜਾਂਦਾ ਹੱਥ ਤਾਂ ਤੂੰ ਸੌ ਜਾਣਾ ਤੁਸੀਂ ਲੋਰੀ ਦਿੱਤੀ ਹੱਥ ਨੂੰ ਹੱਥ ਸੌ ਜਾਣਾ ਕਿ 7 ਤੈਵਾਂ ਵਾਲੀ ਕਿਉਂ ਬਣਾਉਣੀ ਤੁਸੀਂ ਉਹ ਭਾਜੀ ਟੇਸਟ ਵਾਈਜ਼ ਤੈਵਾਂ ਹੁੰਦੀਆਂ 3 ਤੈਵਾਂ ਵਾਲੀ ਪਕਵਾ ਲਓ 5 ਤੈਵਾਂ ਵਾਲੀ ਪਕਵਾ ਲਓ ਚਲੋ ਉਹ ਵੀ ਤੁਹਾਨੂੰ ਦੱਸਦੇ ਹਾਂ ਪਕਾਇਆ ਹਾਂ ਤੇ ਕਸਟਰਡ ਦੀਆਂ ਕਿੰਨੀਆਂ ਦੇਗਾ ਸੀ ਕਸਟਰਡ ਦੀਆਂ ਤੁਸੀਂ ਇਸ ਤਰ੍ਹਾਂ ਕਰ ਲਓ 10-20 ਇੱਕ ਦੇਗਾ ਕਸਟਰਡ ਦੀ ਇੱਕ ਦੇਗਾ ਮੇਰਾ ਮਤਲਬ ਇੱਕ ਇੱਕ ਕਰਕੇ ਤੁਸੀਂ 25 ਲਾਉਣੀ ਆ ਇੱਦਾਂ ਕਹੋ ਨਾ ਤੁਸੀਂ ਤਾਂ ਰੂਹ ਕੱਢ ਤਾਂ ਲੱਗਦੀ ਹੈ 25 ਕਸਟਰਡ ਟਰਡ ਹਾਂਜੀ ਅੱਛਾ ਬਰਿਆਨੀ ਦੀਆਂ ਭਾਜੀ ਬਰਿਆਨੀ ਦੀਆਂ ਭਾਜੀ ਓਕੇ 30 ਦੇਗਾਂ ਬਰਿਆਨੀ ਦੀਆਂ ਕਰ ਲਓ ਭਾਜੀ ਜਿਹੜੀ ਅੱਛੀ ਹੈ ਤਾਂ ਸਾਨੂੰ ਉਹ ਚਾਹੀਦੀ ਹੈ ਇਹ ਜਿਹੜੀ ਅੱਛੀ ਹੈ ਯਾਨੀ ਕਿ 5 ਤਾਂ ਹੀ ਕਰ ਲਓ ਮੁਨਾਸਬ ਬਹਿ ਜਾਏਗੀ ਤੁਹਾਨੂੰ ਪੈਸੇ ਵੀ ਘੱਟ ਲੱਗਣਗੇ ਅਤੇ ਝੱਗ ਵੀ ਜ਼ਿਆਦਾ ਬਣ ਜਾਏਗੀ ਸਿਰਫ ਦੀ ਮੁੱਠ ਲਾਉਣੀ ਵਿੱਚ ਜਿਹੜੀ ਭਾਜੀ ਮੇਰੇ ਕਹਿਣ ਦਾ ਮਤਲਬ ਆ ਮਿਸਾਲ ਲੈਣਾ ਵੀ ਕਸੇ ਵੀ ਘੱਟ ਅਤੇ ਝਾਕੀ ਵੀ ਬਹੁਤ ਹੀ ਉਹ ਹਿਸਾਬ ਹੋ ਭਾਜੀ 25 ਹੋ ਗਈਆਂ ਤੁਹਾਡੀਆਂ ਭਾਜੀ 5-23 ਬਰਿਆਨੀ ਸੁਦੇ ਹਾਂਜੀ ਉਸਤਾਦ ਜੀ ਸੁਦੇ ਪ੍ਰਤਾਪ ਜੀ ਆ ਜਾਓ
जी उस्ताद जी थोड़ा पीछे हो खड़ो जा की गल मैं तेरी टकोर करनी है मेरे ऊपर ही आ गया अरे सादा पानी पियोगे तो बोतल पियोगे भाई जी मैं बोतल पींदा नहीं सादा पानी मंगा ले या भाई जी सादा पानी लेके भाई जी हुन पौनी लाउनी कि नहीं लाउनी सादा पानी पीने वास्ते तू हाटे पकवाई वाला सेंदा रखया कर उस्ताद जी कम ना सिंसियर हां मैं कम ना सिंसियर हां चलो जाओ पानी लेके आओ साले भज के कह रहे कि तू दूरों लेके आना सिर्फ एक देग पकाई है खराब पकाई जवाब दे ਤੇਰਾ ਬੇੜਾ ਗਰ ਕੋ ਕਸਟਰਡ ਚ ਪਿਆਜ਼ ਕੌਣ ਪਾਉਂਦਾ ਆਪੀ ਕਹੇ ਵੀ ਜ਼ਾਇਕਾ ਸਹੀ ਹੋਵੇ ਉਹ ਗਿਆਨ ਤੀਆ ਪਿਆਜ਼ ਸੀ ਮੈਂ ਤੈਨੂੰ ਕਿਹਾ ਪਪੀਤਾ ਕਿਹਾ ਸੀ ਉਸਤਾਦ ਜੀ ਮੈਂ ਪਪੀਤਾ ਨਹੀਂ ਪਾਇਆ ਕੇਲਾ ਘੱਟ ਕਰ ਲਿਆ ਤੇ ਸੇਬ ਮੈਂ ਪਿਆਜ਼ ਤੁਲਵਾ ਬਾ ਮਰਿਓ ਤੂੰ ਆਂਡੇ ਬਣਾਉਣੇ ਇੰਨਾ ਪਿਆਜ਼ ਪਾਤਾ ਬਾਈ ਬਾਦੀ ਨਹੀਂ ਹੁੰਦੀ ਉਸਤਾਦ ਜੀ ਚੱਲ ਜੇ ਚੁੱਪ ਕਰ ਜਾ ਚੁੱਪ ਕਰ ਜਾ ਉਹ ਦੇਖ ਥੱਲੇ ਲਾ ਦੇ ਚੁੱਲ੍ਹੇ ਤੋਂ ਕਸਟਮਰ ਦੇ ਸਾਹਮਣੇ ਗੱਲ ਨਾ ਕਰ ਤਾ ਯਾਰ 2.5 ਕਿਲੋ ਪਾਇਆ ਵਾ ਮੈਂ ਕਿਹਾ ਬੋਤਾ ਪਾਤਾ ਉਸਤਾਦ ਜੀ ਚੱਲ ਜਾ ਜਾ ਨਿਕਲ ਜਾ 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 ਥੱਲੇ ਲਾ ਦੇਖ ਥੱਲੇ ਹੁਣ ਕਿੱਦਾਂ ਲਾ ਲਵਾਂ ਉੱਤੇ ਚੜੀਏ ਕੋਠੇ ਤੇ ਦੇਖ ਯਾਰ ਤੂੰ ਜਾ ਚੱਲ ਜਾ ਪਾਣੀ ਲੈ ਕੇ ਸਾਡਾ बच्चा तो कह ढाई किलो प्याज पाता कस्टर्ड च ये की कीता तुसी सर देखो मेरी सुनो गल एक कस्टमर की डिमांड ते सारा कुछ कस्टमर ने कहा कि यार कस्टर्ड लजीज होना चाहिए वा नहीं तो साढ़े पकौड़े बारी तुम मौत पैंती सी कहिंदा सी पकौड़ा इंज करता फिर ये करता फिर वो करता फिर सर पकौड़ा सी पा देना वा ते प्याज तुसी बड़ा खुश होकर पाया पहले मैनूं कहिंदा सी नहीं पाउणा पकौड़ा सर कस्टमर देख गया उन्हें कि ढाई किलो विच प्याज पाउणा तेरा कस्टर्ड लजीज हो जाएगा वो मीठा लूणा मिक्स चाहते हैं सानू तो साढ़े तुम पुदीना पवा लो साढ़े लो धनिया पवा लो अनारदाना पवा लो अभी पा देना चलो फिर मेरी भी देखो लिखो स्वीट च लिखो कस्टर्ड तो बाद लिखो फिरनी दिया दस देगा कर दो ये फिरनी अपनी जबान तो नहीं फिरनी तुम ये लिखो आर्डर लिखो फिर फिरनी ने किनिया देगा जी फिरनी दिया जिन्नी मर्जी लिख लो तुम कि बना सकते एक दिहाड़ी साढ़े को भावे हजार देग बनवा लो लिखो फिर 15 देगा फिरनी दी बहुत अच्छे हजार से 15 को फर्क ही नहीं है नहीं फर्क तो बहुत है हम मैं एडी इन्नी देख फिरने की पवे मैं सड़क बनानी है फिरनी ने सड़क बनानी फिरने ना भी अब बनाओ लिखो फिर हाई 15 ले बहुत अच्छे भाई तो मैं इलाका प्लास्टर कर रहा हूं इलाका प्लास्टर आ लो सर ओए सुबे मैं तेरे को सादा पानी मंगया सी सर मैं लेंदा सादा सी ते घूरी पा बैठा सो जड़ी अरगा मुंह हो गया तेरा सादा पानी लग गया जब सादा ले आना नहीं ये आर्डर तुसी भी लिखाया वो एडा सादा ही बनदा ਤੁਹਾਡਾ ਸਲੂਕ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਐ ਹੁਣ ਤੇਰਾ ਹੀ ਬਣਦਾ ਸਾਜੀ ਬੈਜ ਨਾ ਹੈ ਬੈਜ ਨਾ ਇੱਥੇ ਇੱਥੇ ਆ ਜਾ ਇੱਥੇ ਆ ਜਾ ਲਿਆਓ ਸਾਜੀ ਕਿਹੜੀ ਗੱਲ ਉਹ ਜਾ ਕੇ ਬਾਹਰ ਦੇਖਾਂ ਕੋ ਖੜੋ ਦੇਖਾਂ ਕੋਲ ਕੋ ਚੁੱਕਣ ਲੱਗਾ ਚੁੱਕਣ ਲੱਗਾ ਅੱਗੇ 2.5 ਕਿਲੋ ਪਿਆਜ਼ ਪਾ ਕੇ ਮੈਨੂੰ ਜੁੱਤੀ ਕਰਾਉਣ ਦੇ ਆ ਵਾ ਕੋਈ ਨਾ ਸਾਜੀ ਹੁਣ ਤੁਹਾਡੀ ਇੱਜ਼ਤ ਹੋ ਗਈ ਮੈਂ 3 ਕਿਲੋ ਪਾ ਦੇ ਚਲੋ ਦਫਾ ਹੋ ਸਾਰਾ ਕੁਝ ਸੁਣਨ ਰਿਹਾ ਜੇ ਆਰਡਰ ਕੈਨਸਲ ਹੋ ਗਿਆ ਮੈਂ ਤੇਰੀ ਲਾਸ਼ ਕਰ ਦੇਣੀ ਆ ਮੈਨੂੰ ਤੁਹਾਨੂੰ ਕੈਨਸਲ ਲੱਗਦਾ ਜਿਹੜਾ ਇਹ ਆਰਡਰ ਲਿਖਾਉਂਦੇ ਆ ਉਹ ਕੈਨਸਲ ਨਹੀਂ ਓਏ ਕੈਨਸਲ ਅੱਛਾ ਅੱਛਾ ਕੈਨਸਲ ਉਹ ਦੁਈਏ ਕੈਨਸਲ ਚੱਲ ਜਾ ਉੱਠ ਜਿੱਦਾਂ ਤੇਰਾ ਦੁਨੀਆ ਤੇ ਆਉਣਾ ਕੈਨਸਲ ਹੋਣਾ ਚਾਹੀਦਾ ਸੀ ਉਹ ਕੈਨਸਲ ਸਾਡੇ ਨਾਲ ਉਸਤਾਦ ਜੀ ਜਿੱਦਾਂ ਮਰਜ਼ੀ ਕਰੋ ਸਾਨੂੰ ਕਿ ਤੁਸੀਂ ਦੋਵੇਂ ਗੱਲ ਕਰੋ ਇਹ ਤੁਹਾਡਾ ਸ਼ਿਗਰਦ ਨਾ ਮੈਨੂੰ ਚੇਤਾ ਲੱਗਦਾ ਵਾ ਉਸਤਾਦਾਂ ਕੋਲੋਂ ਕੰਮ ਸਿੱਖਿਆ ਜੀ ਬੜਾ ਗੰਦੇ ਕੀੜੇ ਵਰਗਾ ਮੂੰਹ ਤੁਹਾਡਾ ਭਾਜੀ ਤੁਸੀਂ ਕਿਹੜੇ ਪਾਸੇ ਤੁਰ ਸਕਦੇ ਨਹੀਂ ਮੈਂ ਵੈਸੇ ਇੱਕ ਗੱਲ ਹੀ ਕੀਤੀ ਅਗਰ ਗਲਤ ਹੈ ਤਾਂ ਤੁਸੀਂ ਕਹੋ ਭਾਈ ਨਹੀਂ ਉਹ ਤਾਂ ਤੁਸੀਂ ਸਹੀ ਕਹਿਣ ਦਾ ਮੈਂ ਕਦੋਂ ਕਿਹਾ ਵੀ ਗਲਤ ਕਹਿਣ ਦਾ ਸਾਹ ਜੀ ਕਾਹਦਾ ਤੁਸੀਂ ਵੀ ਉਹਦੇ ਨਾਲ ਰਲ ਗਏ ਉਹਨੂੰ ਦੱਸੋ ਵੀ ਮੇਰਾ ਕਾਰੀਗਰ ਜਿੰਨਾ ਜ਼ਾਕਾ ਇਹਦੇ ਹੱਥ ਚੱਕ ਕਿਸੇ ਦੇ ਵੀ ਨਹੀਂ ਹੈਗਾ ਉਹ ਤਾਂ ਮੈਂ ਦੱਸ ਦੇਣਾ ਤੀਜੇ ਕੁਰਚ ਗਲਾਸ ਕਿੰਨਾ ਕਰ ਗਿਆ ਗਲੇ ਦਾ ਕੰਮ ਕਰਿਆ ਵੀ ਕਿੱਦਾਂ ਅੰਦਰ ਜਾਣ ਦੀ ਬੋਤਲ ਸਾਰੀ ਤੇਰੇ ਤੂੰ ਬਕਾਰ ਜੀ ਨੂੰ ਸਭ ਬੋਤਲ ਹੀ ਪੀ ਜਾਣਦੇ ਆ ਗਲੇ 'ਚ ਬੇਸਮੈਂਟ ਬਣਾਈ ਆ ਵੀ ਏਡੀ ਛੇਤੀ ਜਾਣ ਦੀ ਬੋਤਲ ਬੇਸਮੈਂਟ ਬਣਾਈ ਆ ਮੈਂ ਮਾਲ ਹੀ ਲੈ ਕੇ ਆਇਆ ਸੀ
ਆਰਡਰ ਲਿਖੋ ਤੁਸੀਂ ਆਰਡਰ ਤੂੰ ਚੱਲ ਚੱਲ ਕੇ ਦੇਖਾਂ ਕੋ ਖਲੋ ਚੱਲ ਅੱਛਾ ਉਹ ਕੌਣ ਕਰਨਾ ਇਹਨੂੰ ਦੱਸੋ ਵੀ ਆਪਾਂ ਸਰ ਪਾਤਾ ਸੀ ਉੱਥੇ ਚੰਗ ਆਸ ਬੰਦ ਕਰ ਲਾ ਦਹਾ ਯਾ ਤੂੰ ਚੱਲ ਚੱਲ ਦੌੜ ਉਹ ਧੋਈ ਧੋਤੀ ਸੀ ਦੇਖ ਤੂੰ ਸਰ ਪਾ ਕੇ ਧੋਤੀ ਸੀਗੀ ਆਹ ਸਾਰੀਆਂ ਦਸੀਆਂ ਦਸੀ ਉਪਲੀਆਂ ਉਸਤਾਦ ਹੈ ਜਾਕਾ ਕੁੱਤਿਆ ਕਿਉਂ ਭੌਂਕੀ ਜਾਂਦੇ ਜਾ ਚੱਲ ਚੱਲ ਉਸਤਾਦ ਜੀ ਉਹ ਨਾ ਮੁਰਗੇ ਜਿਹੜੇ ਮਰੇ ਹੋਏ ਸੀ ਉਹ ਮੈਂ ਕੱਢਦਾ ਸੀ ਉਹ ਲੱਕ ਲਾਣਾ ਤੇਰੇ ਤੇ ਬਕਵਾਸ ਬੰਦ ਕਰ ਲਾ ਉਸ ਕੇ ਬਾਹਰ ਚੱਲ ਜਾ ਚੱਲ 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 ਮਰਿਆ ਉਸਤਾਦ ਦਾ ਬੋਤਲ ਕਿਤੇ ਖਾਂਦਾ ਵੀ ਸੀ ਸ਼ਫਾ ਹੋ ਗਈ ਇਹ ਵੀ ਲੈ ਜਾ ਸਾਦਾ ਲੈ ਆ ਆਰਡਰ ਕੈਂਸਲ ਹੋ ਜਾਣਾ ਵਾ ਸੁਦੇ ਮੇਰਾ ਵੀ ਛੇਤੇ ਹੀ ਹੈ ਮੈਂ ਜਾਣ ਜਾਣ ਹੀ ਕਰਨਾ ਜੀ ਮਾੜੇ ਗੱਡੋ ਵਰਗਾ ਮੂੰਹ ਤੇ ਸਾਰਾ ਆਰਡਰ ਕਿਨਾ ਉਹਨੇ ਨਾਲੀ 'ਚ ਸਿੱਟਤਾ ਵਾ ਉਹ ਸਾਫ਼ ਕਰਨ ਗਿਆ ਅੱਗੇ ਜਾ ਕੇ ਖੜੋ ਜਾ ਜਿੱਥੇ ਨਾਲੀ ਮੁੱਕਦੀ ਹੈ ਉੱਥੋਂ ਫੜ ਲਈ ਪੈਸੇ ਮੈਂ ਕਾਰੀਗਰ ਸੱਚੇ ਹੈ ਮੈਂ ਤੁਹਾਨੂੰ ਇੱਕ ਹੋਰ ਮਸ਼ਵਰਾ ਦਿਆਂ ਜੀ 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 ਅਗਰ ਤੁਸੀਂ ਕਸਟਰਡ ਔਰ ਫਿਰਨੀ ਦੀ ਜਗ੍ਹਾ ਪਾਲਕ ਗੋਸ਼ਤ ਕਰ ਲਓ ਨਾ ਭਾਅ ਜੀ ਤੁਹਾਡੇ ਪਰਾਹੁਣੇ ਮੈਂ ਕਹਿੰਦਾ ਰਾਜ਼ੀ ਹੋ ਕੇ ਜਾਣਗੇ ਤੁਹਾਡੇ ਤੋਂ ਤੇ ਪਾਲ ਗੋਸ਼ਤ ਅਸੀਂ ਗੁੜ ਵਾਲਾ ਪਕਾਉਂਗੇ ਨਹੀਂ ਮੇਰੇ ਕਹਿਣ ਦਾ ਮਤਲਬ ਤਾਂ ਸੁਣੋ ਪਹਿਲੇ ਵੀ ਕਸਟਰਡ ਕਿੱਥੇ ਫਿਰਨੀ ਕਿੱਥੇ ਆ ਪਾਲਕ ਗੋਸ਼ਤ ਕਿੱਥੇ ਯਾਰ ਦੇਖੋ ਕੱਲ੍ਹ ਇੱਕ ਬੰਦਾ ਆਇਆ ਉਹਨੇ 50 ਦੇ ਗੰਗ ਜਲੇਲੇ ਦੀਆਂ ਕਹੀਆਂ ਝੂਠ ਆ ਝੂਠ ਆ ਸਾਰਾ ਝੂਠ ਆ 50 ਰੁਪਈਆ ਭਾਜੀ ਬਣ ਸਾਦਾ ਕਿਹਾ ਸੀ ਮਿਹਰਬਾਨੀ ਸੁਦੇ ਕਿਉਂ ਕਾਰੋਬਾਰ ਦਾ ਬੇੜਾ ਸਾਰੇ ਰੋਜ਼ੀ ਵਾਲੀ ਅੱਡੇ ਤੇ ਬੈਠਾ ਕੱਲ੍ਹ ਆਇਆ ਕੋਈ 50 ਦੇ ਗੰਗ ਦਾ ਆਰਡਰ ਮਰਨਾ ਭੁੱਲਿਆ ਤੇ ਮੈਂ ਬੱਚਾ ਬਹੁਤ ਅੱਛਾ ਲੱਗ ਰਿਹਾ ਬੰਦ ਮੈਂ ਗੱਲ ਕਰ ਰਿਹਾ ਸੀ ਕਿ ਪਰਸੋਂ ਇੱਕ ਕਸਟਮਰ ਆਇਆ ਉਹਨੇ 50 ਦੇ ਗਜਰੇਲੇ ਦੀ ਕਹੀ ਭਾਜੀ ਅੰਦਾ ਦੇ ਹੁਕਮ ਨਾਲ ਉਹਨੇ ਸਾਡੀ ਆਲੂ ਪਾਲਕ ਦੇਖੀ ਤੇ ਆਲੂ ਪਾਲਕ ਦਾ ਆਰਡਰ ਦੇ ਗਿਆ ਆਲੂ ਪਾਲਕ ਦੀ ਗੋੜ ਨਾ ਪਾਇਆ ਉਸਤਾਦ ਨੇ ਮਿੱਠੀ ਪੱਤੀ ਸਾਰੀ ਆਲੂ ਪਾਲਕ ਗੁੜ ਤੇਰਾ ਪਿਓ ਪਾਉਂਦਾ ਉਸਤਾਦ ਜੀ ਨਵੀਂ ਡਿਸ਼ ਆ ਤੁਹਾਡਾ ਨਾਮ ਹੋਏ ਆਪਣੀ ਖੱਪ ਬੰਦ ਕਰਕੇ ਤੇਰਾ ਮੇਰੇ ਵੱਲ ਧਿਆਨ ਦਿਓ ਮੈਂ ਕਿਤੇ ਸਿਰਫ ਤੁਹਾਡੇ ਵਾਸਤੇ ਨਹੀਂ ਆਇਆ ਮੈਂ ਹੋਰ ਬੜੇ ਆਰਡਰ ਪਾਇਆ ਮੈਂ ਤੂੰ ਤੇ ਧਿਆਨ ਦੇ ਭਾਈ ਵੱਲ ਧਿਆਨ ਦਿਓ ਗਾਇਬ ਹੋ ਗਏ ਅੱਛਾ ਭਾਈ ਇਸ ਤਰ੍ਹਾਂ ਕਿ 10-10 ਕਿਲੋ ਦੀਆਂ ਤੁਸੀਂ ਦੇਗਾਂ ਪਾਉਣੀਆਂ ਵਾ 70 ਦੇਗਾਂ ਪਕਾਉਣੀਆਂ ਮਿੱਠੇ ਔਰ ਨਮਕੀਨ ਚਾਵਲ ਇਕੱਠੇ ਪਕਾਉਣੇ ਉਸਤਾਦ ਜੀ ਪੱਕ ਸਕਦੇ ਆ ਇੱਕ ਮਿੰਟ ਦਾ ਮਿੱਠੇ ਔਰ ਨਮਕੀਨ ਚਾਵਲ ਮਿਕਸ ਪਕਾਉਣੇ ਇਕੱਠੇ ਜੀ ਭਾਈ ਕਦੀ 10 ਕਿਲੋ ਤੁਸੀਂ ਚਾਵਲ ਪਕਾਏ ਦੇਖ ਜੀ 12 ਕਿਲੋ ਵੀ ਪਕਾ ਦੇ ਬਸ ਠੀਕ ਹੋ ਗਿਆ ਵੈਰੀ ਗੁੱਡ ਮੈਨੂੰ 12 ਕਿਲੋ ਚਾਹੀਦੇ ਸੀ ਤੁਸੀਂ ਇਸ ਤਰ੍ਹਾਂ ਕਰ ਲੈਣਾ ਕਿ ਦੇਖਦੇ ਸੱਜੇ ਪਾਸੇ 6 ਕਿਲੋ ਨਮਕੀਨ ਪਕਾ ਲੈਣਾ ਖੱਬੇ ਪਾਸੇ ਮਿੱਠੇ ਪਕਾ ਲੈਣਾ ਦੇਖ ਵਿੱਚ ਮੈਂ 4 ਇੰਚ ਦਾ ਪੜਦਾ ਕਰਾ ਦੂੰਗਾ ਉਹ ਪਰਦਾ ਤੁਸੀਂ ਵੈਸੇ ਕਰ ਜਾਣਾ ਮੈਨੂੰ ਹਿਸਾਬ ਲੱਗਣ ਦਾ ਤੁਹਾਡੇ ਸਾਹ ਜੀ ਇਹਨਾਂ ਦੀ ਕਿਹੜਾ ਉੱਥੇ ਰੈਸ਼ ਉੱਥੇ ਹੋਣੀ ਆ ਨਹੀਂ ਮੈਂ ਇਦਾਂ ਕਰ ਦਾਂਗਾ ਮੈਂ ਨਮਕੀਨ ਔਰ ਮਿੱਠੇ ਮਿਕਸ ਕਰ ਦਵਾਂਗਾ ਪਰ ਉਹਨਾਂ ਨੂੰ ਕੋਈ ਆਪੇ ਲੈਦਰ ਲਾ ਕਰੀ ਜਾਣ ਸੈਨ ਚਿਮਟੀਆਂ ਦੇ ਦੇਣਾ ਉਹਨਾਂ ਨੂੰ ਛੋਟੇ ਛੋਟੇ ਉਹ ਕੱਲਾ ਕੱਲਾ ਚੌਰ ਚੱਕ ਚੱਕ ਲੈਦਾ ਕਰੀ ਜਾਣ ਤੇ ਤੁਸੀਂ ਕਾਰੀਗਰ ਕਰਦੇ ਹੋ ਯਾਰ ਮਿਕਸ ਕਰਕੇ ਕਿਦਾਂ ਪਕਾਉਣਗਾ ਵਿੱਚ ਕਿਦਾਂ ਦੱਸ ਸਾਹ ਜੀ ਜਿੱਦਾਂ ਮਠਿਆਈ ਨਹੀਂ ਮਿਕਸ ਹੁੰਦੀ ਇਦਾਂ ਚੌਰ ਮਿਕਸ ਹੁੰਦੇ ਆ ਉਹਨਾਂ ਤੇਰੇ ਥੱਪੜ ਮਾਰਨਾ ਨਵੀਂ ਡਿਸ਼ਾਂ ਨਾਲ ਤਿਆਰ ਕਰ ਨਾਲੇ ਥੱਪੜ ਭਾਜੀ ਮੂੰਹ ਤੇ ਮਾਰੀਦਾ ਉਹਦਾ ਕਿੱਥੇ ਮੂੰਹ ਐ ਗਿੱਟਾ ਵਾ ਮੂੰਹ ਹੀ ਆ ਭਾਜੀ ਦੋਰੋ ਗਿੱਟਾ ਹੈ ਸਾਹ ਜੀ ਹਰੀ ਬਾਕਰਖਾਨੇ ਲੱਗਣ ਦੇ ਇਹਨੂੰ ਲਾ ਦਿਓ ਚਲੋ ਕੋਈ ਨਹੀਂ ਖੈਰ ਆ ਸ਼ਿਗਿਰਦਾ ਤੁਹਾਡਾ ਇਹ ਬੋ ਕਦੀ ਆਉਣ ਡਈ ਆ ਤੁਹਾਨੂੰ ਵੀ ਸਮੈਲ ਆ ਰਹੀ ਤੁਹਾਡੀ ਨਹੀਂ ਉਹ ਤਾਂ ਮੈਨੂੰ ਸ਼ਿਗਿਰਦ ਦੀ ਆ ਰਹੀ ਹੈ ਤੁਹਾਨੂੰ ਕਦੀ ਆ ਰਹੀ ਲੱਖ ਲਾਣਾ ਤਾਂ ਚੁੱਲ੍ਹੇ 'ਤੇ ਕੀ ਰੱਖ ਆਇਆ ਹੈ ਮੁਰਗਾ ਸਾਹ ਜੀ ਉਹ ਜਾ 2 ਘੰਟੇ ਹੋ ਗਏ ਉੱਪਰ ਰੱਖਿਆ ਕਿ ਦੁਬਾਰਾ ਜ਼ਿੰਦਾ ਨਾ ਹੋ ਜਾਵੇ ਦਹਾ ਆ ਜਾ ਸਾਰੀ ਸਾਰ 'ਚ ਦੇਖ ਲੱਗਦਾ ਭਾਅ ਜੀ ਮੇਰੀ ਸੁਣੋ ਗੱਲ ਤੁਸੀਂ ਬਾਹਰ ਆਓ ਸਾਰਾ ਕੁਛ ਬਾਹਰ ਹੀ ਲਿਖਾਓ ਮੈਨੂੰ ਆਪ ਹੀ ਜਾਣਾ ਪੈਣਾ ਹੈ ਚਵਲ ਜਿਹਾ ਵਾ ਆ ਜਾਓ ਭਾਅ ਜੀ ਨਿਕਲੋ 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 ਅੱਲਾਹ ਖੈਰ ਕਿਤੇ ਆਓ ਤੁਹਾਨੂੰ ਸਾਰਾ ਕੁਛ ਦਿਖਾਈਏ ਭਾਅ ਜੀ ਆਪਣੇ ਮਸਾਲੇ ਆਪਣੇ ਚਾਵਲ ਸਾਰਾ ਮਟੀਰੀਅਲ ਇਹ ਵੇਖੋ ਬਿਸਮਿਲ੍ਲਾ ਕਰਨਲ ਦਾ ਚਾਵਲ ਆ ਭਾਅ ਜੀ ਚੈੱਕ ਕਰੋ ਜ਼ਰਾ ਕਰਨਲ ਦੇ ਚਾਵਲ ਹਾਂਜੀ ਨਾਲ ਕਿਹੜੇ ਕੈਪਟਨ ਦੇ ਕਰਨਲ ਬ੍ਰੈਂਡ ਆ ਕਰਨਲ ਦੇ ਚਾਵਲ ਮੰਨੇ ਜਾਂਦੇ ਪੂਰੇ ਪਾਕਿਸਤਾਨ ਦੇ ਵਿੱਚ ਐਡਾ ਐਡਾ ਮੋਟਾ ਚਾਵਲ ਹੁੰਦਾ ਜੀ ਐਡਾ ਐਡਾ ਲੰਬਾ ਇੱਕ ਮਿੰਟ ਨੂੰ ਚੁੱਲ੍ਹਾ ਬੰਦ ਹੁੰਦਾ ਤੁਹਾਨੂੰ ਬੰਦ ਨਹੀਂ ਕਰਨਾ ਹੁੰਦਾ ਅੱਛਾ ਕੀਮੇ ਦੀਆਂ ਦੇਗਾਂ ਲਿਖ ਲਓ ਭਾਅ ਜੀ ਕੀਮੇ ਦੀਆਂ ਕਿੰਨੀਆਂ ਕੀਮੇ ਦੀਆਂ 30 ਦੇਗਾਂ ਕਰ ਲਓ ਭਾਅ ਜੀ 30 ਦੇਗਾਂ ਕੀਮਾ ਅੱਛਾ ਮੈਂ ਤੁਹਾਨੂੰ ਇੱਕ ਮਸ਼ਵਰਾ ਦੇਵਾਂਗਾ ਮਸ਼ਵਰਾ ਅੱਛਾ ਅਮਾਨਤ ਹੁੰਦੀ ਭਾਅ ਜੀ 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 ਅੱਛਾ ਕੀਮਾ ਖਾ ਕੇ ਲੋਕਾਂ ਨੇ ਚਲੇ ਜਾਣਾ ਰੋਟੀ ਤੋਂ ਤਕਲੀਫ ਹੁੰਦੀ ਹੈ ਅਗਰ ਤੁਸੀਂ ਇਹੀ 30 ਦੇਗਾਂ ਪਾਲਕ ਗੋਸ਼ਤ ਦੀਆਂ ਕਰ ਲਓ ਨਾ ਇਹ ਕਿਤੇ ਵੱਧ ਗਈ ਹੈ ਤੇਰੇ ਕੋਲ ਪਾਲਕ ਗੋਸ਼ਤ ਭਾਅ ਜੀ ਸਾਡੀ ਸਭ ਤੋਂ ਜਿਹੜੀ ਹਿੱਟ ਆਈਟਮ ਆ ਨਾ ਫੇਮਸ ਪਾਲਕ ਗੋਸ਼ਤ ਆ ਲੋਕੀ ਇਹ ਕਰਦੇ ਬਾਅਦ 'ਚ ਕਿੱਦਾਂ ਕਰਦੇ
ਭਾਜੀ ਮੇਰੇ ਕਹਿਣ ਦਾ ਮਤਲਬ ਆ ਵੀ ਹੁਣਾਂ ਚਟਦੇ ਆ ਪਾਲਕ ਗੋਸ਼ਤ ਖਾਣ ਤੋਂ ਬਾਅਦ ਆਪਣਾ ਅੱਛਾ ਜੀ ਅੱਛਾ ਹੁਣ ਕਿੰਨੀਆਂ ਕਿੰਨੀਆਂ ਪਾਲਕ ਗੋਸ਼ਤ ਦੀਆਂ ਲੈਂਦਾ ਉਹ ਰਾਕਟ ਲਾਂਚਰ ਚ ਕੀ ਆ ਉਸਤਾਦ ਜੀ ਉਹ ਡੇਟ ਮੈਂ ਸਹੀ ਕਰਤੀ ਉਸਤਾਦ ਜੀ ਇੱਕ ਕਰਛਾ ਇੱਧਰ ਮਾਰਿਆ ਕਿੱਧਰ ਮਾਰਿਆ ਉਹ ਸਹੀ ਹੋ ਗਈ ਤੂੰ ਤਾਂ ਕਿਤੇ ਪਰੇ ਹੋ ਜਾ ਓ ਯਾਰ ਉਹ ਤੂੰ ਕਿੱਡਾ ਲੱਗ ਗਿਆ ਤੂੰ ਲੈ ਗਿਆ ਮੈਂ ਤੇਰੇ ਕਰਛਾ ਮਾਰਨਾ ਇਹਦੇ ਮਾਰਦਿਆ ਲੱਗੇ ਪੈਂਦਾ ਵਾ ਦਾਤਾ ਨਾ ਬਾਤ ਨਹੀਂ ਕਾਤੋਂ ਕਰਦਾ ਹੁੰਦਾ ਤੂੰ ਤਮੀਜ਼ ਨਹੀਂ ਹੈ ਥੱਪੜ ਮਾਰਿਆ ਉਸਤਾਦ ਥੱਪੜ ਮਾਰਿਆ ਉਹ ਚੰਗਾ ਕੀਤਾ ਵਾ ਅੱਛਾ ਲੈ ਕੇ ਚੱਲ ਉੱਧਰ ਚੱਲ ਦੇਖ ਪਕਾ ਚੱਲ ਮੈਂ ਹੁਣ ਨਾ ਮੈਂ ਦੇਖਣਾ ਵੀ ਦੇਖਾ ਕਿੰਨੀਆਂ ਪੱਕ ਗਈਆਂ ਮੈਂ ਤੂੰ ਲਿਆ ਕਿੱਥੋਂ ਮੈਨੂੰ ਪਹਿਲੇ ਇਹ ਤੇ ਦੱਸ ਉਹ ਲਿਆ ਨਹੀਂ ਭਾਈ ਹਾਜ਼ਰ ਕੀਤਾ ਵਾ ਚੱਲ ਜਾ ਚੱਲ ਜਾ ਹੁਣ ਉੱਧਰ ਚੱਲ ਜਾਣਾ ਉਸਤਾਦ ਮੇਰੀ ਸਲਾਹ ਵੀ ਤੇਰੇ ਦੁੱਖ ਮੈਨੂੰ ਸਿਰਫ ਵਿਆਹ ਦੇ ਨਾ ਚਾਹ ਰਸ ਪਕਾਉਣੇ ਪੈਣੇ ਨਹੀਂ ਉਹ ਤੂੰ ਆਪਣੀ ਗੁਰਬਤ ਤੋਂ ਪਕਾਉਣੇ ਆ ਨਾ ਅਸੀਂ ਤਾਂ ਅੱਛਾ ਮਸ਼ਵਰਾ ਦੇਣਾ ਵਾ ਤੇਰੇ ਦੁੱਖੋਂ ਪਕਾਉਣੇ ਆ ਮੈਂ ਲਓ ਜੀ ਤੁਸੀਂ ਮੇਰੇ ਸ਼ਗਿਰਦ ਨੂੰ ਪੁੱਛ ਲਓ ਵੀ ਕੀ ਚੱਲਣਾ ਚਾਹੀਦਾ ਓਰੇ ਆ ਤੂੰ ਦੇ ਹਾਂਜੀ ਸਾਹ ਜੀ ਪੁਰਿਆ ਮੈਨੂੰ ਕੋਈ ਗੱਲ ਦੱਸ ਇਸ ਭਾਈ ਦਾ ਫੇਸ ਦੇਖ ਕੇ ਇਸ ਭਾਈ ਦੀ ਪਰਸਨੈਲਿਟੀ ਦੇਖ ਕੇ ਤੂੰ ਮੈਨੂੰ ਦੱਸ ਵੀ ਇਹਦੀ ਬਰਾਤ ਤੇ ਕੀ ਚੱਲਣਾ ਚਾਹੀਦਾ ਪਾਲਾ ਗੋਸ਼ਤ ਸਾਹ ਜੀ ਹਾਂ ਉਹ ਮਰਨਾ ਝੂਠ ਬੋਲਣ ਰਿਹਾ ਹਾਂ ਤੱਕ ਇੱਕ ਤੇ ਤੇਰੇ ਅੰਦਰ ਕਿਤੇ ਸੀਡੀ ਫਿੱਟ ਕਰਾਈ ਆ ਪਾਲਕ ਗੋਸ਼ਤ ਤੋਂ ਇਲਾਵਾ ਤੈਨੂੰ ਕੋਈ ਨਾ ਚੇਤੇ ਨਹੀਂ ਮੇਰੇ ਸਟਾਨ ਨੇ ਸਿੱਖਿਆ ਹੀ ਇਹ ਆ ਹਾਂ ਓਏ ਅੱਛਾ ਕਦੋਂ ਆਉਂਦਾ ਤੂੰ ਮੋਹਰ ਇਸ ਤੋਂ ਇਲਾਵਾ ਤੂੰ ਪਕਰ ਜਾ ਤੂੰ ਲੈ ਆਉਣਾ ਹੌਲੀ ਇੱਧਰ ਹੋਈ ਤੇਰਾ ਇਹ ਕੀ ਕਹਿ ਰਿਹਾ ਤੂੰ ਇਲਾਵੇ ਨੂੰ ਕੱਖ ਨਹੀਂ ਆਉਂਦਾ ਕੁਛ ਨਹੀਂ ਕਹਿੰਦਿਆ ਕੁਛ ਨਹੀਂ ਕਹਿੰਦਿਆ ਉਹ ਬੱਚਾ ਬਤਮੀਜ਼ੀ ਕਰਦਾ ਚੁੱਪ ਕਰਕੇ ਭੁੱਲ ਗਿਆ ਵਾ ਅੱਛਾ ਹੁਣ ਕਿੰਨੀਆਂ ਪਾਲਕ ਗੋਸ਼ਤ ਦੀਆਂ ਕਰ ਲਈਏ ਉਹ ਕਿਤੇ ਸਾਹ ਲੈ ਲਾ ਕਿਤੇ ਪਾਲਕ ਗੋਸ਼ਤ ਅੱਛਾ ਪੰਜ ਕਸਟਰਡ ਓਏ ਭਾਈ ਪੰਜ ਕਸਟਰਡ 15 25 ਕਸਟਰਡ 25 ਬਰੀਆਨੀ 15 ਫਿਰਨੀ ਤੇ ਇਹ ਹੋ ਗਈਆਂ ਕਾਟੀਆਂ ਐ ਕਾਟਾ ਹੋ ਗਈਆਂ 100 ਪਾਲਕ ਗੋਸ਼ਤ 100 ਆਲੂ ਗੋਸ਼ਤ 100 ਪਾਲਕ ਪਨੀਰ ਤੇ 50 ਆਪਣਾ ਸਾਦਾ ਪਾਲਕ ਸਹੀ ਹੈ ਭਾਜੀ ਐ ਕੀ ਕਿਤੇ ਪਾਲਕ ਦੀ ਕਿਤੇ ਪੈਲੀ ਵੱਧ ਗਈ ਆਪਣੀ ਤੇ ਪਾਲਕ ਵੀ ਪਾਈ ਇਹਨਾਂ ਤੂੰ ਕਸਟਰਡ 'ਚ ਵੀ ਪਾਲਕ ਪਾ ਦੇ ਹਲਕਾ ਹਲਕਾ ਜਰਾ ਉੱਤੋਂ ਗ੍ਰੀਨਰੀ ਅੱਛੀ ਲੱਗੇਗੀ ਨਹੀਂ ਇਹਨਾਂ ਦਾ ਸਵਾ ਮਹੀਨਾ ਕਦੋਂ ਆ ਦੱਸਣ ਵੀ ਉਸ ਹਿਸਾਬ ਨਾਲ ਫਿਰ ਭਾਜੀ ਮੇਰੀ ਸੁਣੋ ਗੱਲ ਭਾਜੀ ਇੱਧਰ ਕੀ ਗੱਲ ਭਾਜੀ ਲੱਗ ਡਿੱਗ ਪਿਆ ਤੁਹਾਡਾ ਓਏ ਉਹ ਕਫਨ ਲੱਭਣ ਦੇ ਆ ਪਿਆ ਵਾ ਇਹਨੂੰ ਬੰਦ ਕਰਾ ਲਾ ਕੋਈ ਨਹੀਂ ਮੈਂ ਬੰਦ ਕਰਾ ਲੈਣਾ ਭਾਜੀ ਕੋਈ ਨਹੀਂ ਸਾਇਆ ਦਾ ਡੱਕ ਉਹ ਹੋਰ ਬੰਦ ਕਰਾ ਲਵਾਂ ਕਿੰਨੇ ਫੁੱਟ ਦਾ ਹੁੰਦਾ ਆ ਕੀ ਕਹੀ ਜਾਂਦਾ ਇਹ ਵਿਆਹ ਦੀ ਰੋਟੀ ਆ ਵਿਆਹ ਦੀ ਸ਼ਗਨ ਪੀ 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 ਅੱਛਾ 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 ਕਿੰਨੀ ਪਾ ਲਾ ਕੋਸ਼ਿਸ਼ ਸੀ ਭਾਜੀ ਓਏ ਇਤੋਂ ਕਿਤੇ ਬਾਹਰ ਵੀ ਆ ਜਾ ਓਏ ਅੱਛਾ ਬਾਹਰ ਆ ਜਾ ਭਾਜੀ ਬਾਹਰ ਓਏ ਉੱਥੋਂ ਬਾਹਰ ਨਹੀਂ ਕਿਤੇ ਪਾਲ ਗੋਸ਼ਤ ਬਾਹਰ ਆ ਨਹੀਂ ਨਹੀਂ ਚੱਕਣਾ ਕਦੋਂ ਆ ਉਹ ਬਾਬੇ ਵਿਆਹ ਵਾ ਵਿਆਹ ਅੱਛਾ ਚੱਲ ਫਰਿੱਜ ਦੀਆਂ ਦੱਸ ਦੇ ਗੱਲ ਹਿੱਲ ਓਏ ਹੋਏ ਕਵਰ ਕੱਢਣ ਵਾਲਿਆਂ ਨੂੰ 10 ਲੱਗ ਜਾਣੀਆਂ ਚੱਲ ਫਰਿੱਜ ਦੀਆਂ 10 ਤੇ ਬਸ ਜੀ ਭਾਜੀ ਤੁਸੀਂ ਜਲ ਫਰਿੱਜ 10 ਕੀਤੀਆਂ ਨਾ ਇਹਦੀ ਜਗ੍ਹਾ ਤੁਹਾਨੂੰ ਦੇਖੋ ਤੁਹਾਡੀ 10 ਜਲ ਫਰਿੱਜ ਲੱਗ ਜਾਣੀਆਂ ਲਾ ਕੇ ਉਹਨੇ ਚੱਲ ਜਾਣਾ ਇਹਦੀ ਜਗ੍ਹਾ ਤੁਸੀਂ 8 ਪਾਲਕ ਕੋਸ਼ਿਸ਼ ਦੀਆਂ ਕਰ ਲੈਣਾ ਤੁਹਾਡਾ ਨਾਮ ਬਣ ਜਾਣਾ ਭਾਜੀ ਭਾਜੀ ਕਸਟਰ ਫਿਰਨੀ ਮੁਰਗਾ ਪਲਾਓ ਠੀਕ ਹੈ ਨਹੀਂ ਵਾਈਟ ਗੋਸ਼ਤ ਕੋਰਮਾ ਵੈਰੀ ਗੁੱਡ ਠੀਕ ਹੈ ਨਹੀਂ ਤੇ ਸਭ ਤੋਂ ਅੱਛੀ ਜਿਹੜੀ ਡਿਸ਼ ਹੈ ਨਾ ਭਾਜੀ ਇੱਥੇ ਪਾਲਕ ਗੋਸ਼ਤ ਕਿਨੇ ਕਿ ਤੈਨੂੰ ਪਾਲਕ ਤੋਂ ਲਾ ਪਾਕ ਆਉਣਾ ਹੀ ਕੱਟ ਨਹੀਂ ਕੰਮ ਹੈ ਤੈਨੂੰ ਇਹ ਤਾਂ ਮੈਂ ਟੀ ਦੁਰ ਆਇਆ ਮੈਂ ਸਾਰੇ ਪਰੋਣੇ ਨੂੰ ਪਾਲਕ ਹੀ ਖਵਾਉਣੀ ਹੈ ਉਹ ਰਿਆਦ ਰਹਿ ਤੇਰਾ ਮੈਂ ਕਰਦਾ ਲਾਜ ਉਹ ਤੂੰ ਵੀ ਬਾਹਰ ਆ ਉਹ ਤੂੰ ਅੰਦਰ ਆ ਜਾ ਮੈਂ ਥੱਕਿਆ ਵਾ ਇਹ ਤਾਂ ਉਹ ਸਾਹ ਆ ਜਾ ਆਰਡਰ ਲੈ ਲਾ